ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਅਕਸਰ ਤੁਸੀਂ ਸਕੂਲਾਂ ਦੀਆਂ ਜਾਂ ਕਿਤੇ ਕੰਧਾਂ 'ਤੇ ਲਿਖਿਆ ਵੇਖਦੇ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ, ਨੇਤਰ ਭਾਵ ਅੱਖਾਂ। ਜਾਂ ਤੁਸੀਂ ਅਕਸਰ ਗੁਰਬਾਣੀ ਦੀ ਵਾਕ ਸੁਣੇ ਹੋਣਗੇ, ਉਹਦੇ ਵਿੱਚ ਲਿਖਿਆ ਹੁੰਦਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਉਹ ਇਨਸਾਨ ਜਦੋਂ ਪੜ੍ਹਦਾ ਆ ਕੋਈ ਨਕਲਾਂ ਮਾਰ ਕੇ ਪੜ੍ਹ ਲੈਂਦਾ, ਕੋਈ ਕਿਸ ਤਰ੍ਹਾਂ ਪੜ੍ਹ ਲੈਂਦਾ, ਪਰ ਉਹ ਪੜ੍ਹਾਈ ਨੂੰ ਗੌਲਦਾ ਨਹੀਂ ਗਾ ਅਤੇ ਉਹ ਕੁਛ ਵੀ ਸਮਾਜ ਦੇ ਵਿੱਚ ਦੇਣ ਆਪਣੀ ਨਹੀਂ ਦੇ ਸਕਦਾ, ਨਾ ਹੀ ਉਹ ਕੋਈ ਭਲਾ ਕਰ ਸਕਦਾ ਆ। ਸੋ ਲਿਖਿਆ ਹੁੰਦਾ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਕਹਿਣ ਤੋਂ ਭਾਵ ਹੈ ਗੁਰੂ ਸਾਹਿਬ ਨੇ ਦੱਸਿਆ ਆ ਕਿ ਵਿੱਦਿਆ ਪੜ੍ਹਨ ਤੋਂ ਬਾਅਦ ਜਿਹਨੂੰ ਉਹਨੂੰ ਵਾਚਦੇ ਹਾਂ, ਉਹਨੂੰ ਗੌਹ ਦੇ ਨਾਲ ਆਪਣੇ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਅਤੇ ਫਿਰ ਅਸੀਂ ਆਪਣੇ ਸਮਾਜ ਦਾ ਭਲਾ ਕਰਦੇ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਤੁਸੀਂ ਵੇਖਿਆ ਆ ਕਿ ਪਿੱਛੇ ਜੇ ਇੱਕ ਕੁੜੀ ਕੋਈ ਗਾਇਕਾ ਸੀ, ਉਹਨੇ ਸਕੂਲ ਦੇ ਵਿੱਚ ਇੱਕ ਕਾਫੀ ਸ਼ੋਰ ਸ਼ਰਾਬਾ ਗਾ ਕੇ ਕੀਤਾ ਅਤੇ ਇਹ ਹੰਗਾਮੇ ਨੇ ਕਾਫੀ ਪੰਜਾਬ ਦੇ ਉਛਾਲਿਆ, ਪਰ ਕੀ ਵਾਕਈ ਸਕੂਲਾਂ ਵਿੱਚ ਇਸ ਤਰ੍ਹਾਂ ਹੁੰਦਾ ਹੈ ਜਾਂ ਨਹੀਂ? ਉਹੀ ਕਹਿਣ ਦਾ ਭਾਵ ਹੈ ਕਿ ਜਿਹੜੇ ਸਕੂਲ ਨੇ ਪ੍ਰਾਈਵੇਟ ਸਕੂਲ ਇੱਕ ਹੁੰਦੇ ਆ, ਜਿਹੜੇ ਅੱਜ ਕੱਲ੍ਹ ਲੋਕਾਂ ਦਾ ਜਿਹਨਾਂ ਲੋਕਾਂ ਦਾ ਕਰੇਜ਼ ਹੈ ਕਿ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਬਹੁਤ ਆ, ਅਤੇ ਸਰਕਾਰੀ ਸਕੂਲਾਂ ਨੂੰ ਲੋਕ ਅਣਗੌਲਿਆਂ ਕਰ ਦਿੰਦੇ, ਉਹਨਾਂ ਨੂੰ ਵੱਖਰੇ ਵੱਖਰੇ ਭੈੜੇ ਨਾਂ ਦਿੱਤੇ ਜਾਂਦੇ ਆ। ਪਰ ਮੈਂ ਤੁਹਾਨੂੰ ਅੱਜ ਲੈ ਕੇ ਚੱਲਿਆ ਇੱਕ ਸਰਕਾਰੀ ਸਕੂਲੇ ਅਚਨਚੇਤ ਜਾਵਾਂਗੇ, ਅਚਨਚੇਤ ਜੋ ਜਾ ਕੇ ਆਪਾਂ ਉੱਥੇ ਵੇਖਦੇ ਹਾਂ ਕਿ ਉਹ ਸਕੂਲ ਦੇ ਅੰਦਰ ਹੁੰਦਾ ਕੀ ਆ, ਭਲਾ ਉਸ ਸਕੂਲ ਦੇ ਵਿੱਚ ਕੋਈ ਡਿਸਿਪਲਿਨ ਹੈਗਾ ਜਾਂ ਨਹੀਂ। ਆਓ ਉਸ ਸਕੂਲ ਦਾ ਮਿਆਰ ਵੇਖਦੇ ਹਾਂ ਔਰ ਜਾਂਦੇ ਹਾਂ ਸਕੂਲ ਦੇ ਅੰਦਰ। ਸਤਿ ਸ਼੍ਰੀ ਅਕਾਲ ਜੀ, ਮੈਂ
ਚੈਰਿਟੀ ਅਟੈਂਸ਼ਨ ਗੈਟ ਰੈਡੀ ਫਾਰ ਪੀਟੀ ਸਟਾਰਟ ਓਕੇ ਨਾਓ ਅਮਨਦੀਪ ਕੌਰ ਆਫ ਕਲਾਸ 10th ਵਿਲ ਪ੍ਰੈਜ਼ੈਂਟ ਹਰ ਵਿਊਜ਼ ਔਨ ਦਾ ਟੌਪਿਕ ਮਾਈ ਮਦਰਲੈਂਡ ਗੁੱਡ ਮੋਰਨਿੰਗ ਟੀਚਰਸ ਐਂਡ ਸਟੂਡੈਂਟਸ ਮਾਈ ਨੇਮ ਇਜ਼ ਅਮਨਦੀਪ ਕੌਰ ਆਈ ਰੀਡ ਇਨ 10th ਕਲਾਸ ਟੂਡੇ ਮਾਈ ਟੌਪਿਕ ਇਜ਼ ਮਾਈ ਮਦਰਲੈਂਡ ਇੰਡੀਆ ਇਜ਼ ਮਾਈ ਮਦਰਲੈਂਡ ਮੋਸਟ ਆਫ ਦਾ ਪੀਪਲਸ ਹੇਅਰ ਲਿਵ ਟੂ ਵਿਲੇਜਸ ਦੇਅਰ ਆਰ 28 ਸਟੇਟ ਦੇਅਰ ਆਰ ਮੈਨੀ ਬਿਗ ਸਿਟੀਜ਼ ਆਲਸੋ ਮੁੰਬਈ ਦਿੱਲੀ ਕੋਲਕਾਤਾ ਐਂਡ ਚੇਨਈ ਆਰ ਸਮ ਆਫ ਦੈਮ ਇੰਡੀਆ ਇਜ਼ ਦਾ ਲੈਂਡ ਆਫ ਸਨ It is a land of Kalidas, Kabir and Guru Nanak Dev Ji. India is a very big country. In its north, there are the Himalayas, the highest mountains in the world. India is a land of big forests, lakes, valleys and rivers. The soil of India is very fertile. It gives us many kinds of crops. India is a land of lions, tigers and animal elephants. And Indians are very brave and wise people. They are peace-loving peoples. I am proud of my country and its people. Thanks. Okay, now Jasneet Kaur will present her views on topic. Good morning, teachers and students. My name is Jasneet Kaur. I study in 10th class. Today, my topic is good manners. Good manners are very important in our life. A person who shows good manners is liked by all. Such a person talks very politely. He obeys all the rules of the society. He has a high morals. He feels sorry if he makes mistakes. He respects elders and loves younger brothers and sisters. We all know very well, parents and teachers play important role to teach good manners to a child. So we should learn good manners to get success in life. Thank you. Okay, Jasneet, in which class do you study? I study in 10th class. Okay, what kind of facilities are provided in this school? Yeah, of course, it is government high school and we are provided free books, uniforms and midday meal up to 8th standard. And the student of the 9th and 10th class have to pay very nominal fee. All the teachers are very qualified and giving their best. Okay, that's good. Good morning. Good morning, sir. Haan, main kal vi gall kiti si coronavirus. All over world. Bahut tezi de naal eh phail reha ya. ਉਹ ਸਾਰੇ ਬੱਚਿਆਂ ਨੇ
ਆਪਣੇ ਸਰੀਰ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ। ਘਰਾਂ ਦੇ ਲਾਗੇ ਗੰਦ ਨਹੀਂ ਪੈਣ ਦੇਣਾ, ਖਾਣਾ ਖਾਣ ਤੋਂ ਪਹਿਲਾਂ ਵੀ ਹੱਥ ਸਾਫ਼ ਕਰਨੇ ਸਾਬਣ ਨਾਲ, ਔਰ ਖਾਣਾ ਖਾਣ ਤੋਂ ਬਾਅਦ ਵੀ ਕਰਨੇ ਆ। ਕੋਈ ਗੰਦੇ ਹੱਥ ਆਪਣੀਆਂ ਅੱਖਾਂ ਨਾਲ, ਆਪਣੇ ਨੱਕ ਦੇ ਨਾਲ, ਆਪਣੇ ਮੂੰਹ ਦੇ ਨਾਲ ਨਹੀਂ ਲਾਉਣੇ। ਇਹ ਕਰੋਨਾ ਵਾਇਰਸ ਜਿਹੜਾ ਵਾ ਇਹੋ ਜਿਹੀ ਇੱਕ ਬਿਮਾਰੀ ਆ ਜਿਹਦਾ ਕੋਈ ਇਲਾਜ ਨਹੀਂ ਹੈਗਾ, ਠੀਕ ਹੈ। ਆਪਣੇ ਸਰੀਰ ਨੂੰ ਸਾਫ਼ ਰੱਖਣਾ, ਹਾਈਜੈਨਿਕਲੀ ਕੰਡੀਸ਼ਨ ਪੂਰੀਆਂ ਆਪਣੇ ਘਰਾਂ ਦੀਆਂ, ਆਪਣੇ ਸਕੂਲ ਦੀਆਂ, ਤੁਸੀਂ ਬਿਲਕੁਲ ਸਾਫ਼ ਸੁਥਰੇ ਰਹਿਣਾ ਵਾ ਹਰ ਬੱਚੇ ਨੇ, ਠੀਕ ਹੈ। ਅੱਜ ਪੇਪਰ ਦੁਬਾਰਾ ਸਾਡਾ ਸੈਕਿੰਡ ਪੇਪਰ ਆ ਪ੍ਰੀ ਬੋਰਡ ਦਾ, ਔਰ ਬੜੇ ਚੰਗੇ ਤਰੀਕੇ ਨਾਲ ਜਿਵੇਂ ਕੱਲ੍ਹ ਤੁਸੀਂ ਡਿਸਪਲਿਨ 'ਤੇ ਰਹੇ ਹੋ ਪੇਪਰ ਦਿੱਤਾ ਆ, ਉਸੇ ਤਰ੍ਹਾਂ ਹੀ ਅੱਜ ਵੀ ਸਾਰੇ ਬੱਚਿਆਂ ਨੇ ਪੇਪਰ ਦੇਣਾ ਆ। ਪਤਾ ਲੱਗ ਗਿਆ ਇਹ ਪੇਪਰ ਤੁਹਾਡੀ ਇੱਕ ਫੁੱਲ ਡਰੈਸ ਰਿਹਰਸਲ ਵਾ। ਜੇ ਤੁਸੀਂ ਇਹ ਪੇਪਰ ਬਹੁਤ ਤਰੀਕੇ ਵਧੀਆ ਨਾਲ ਕਰ ਲੈਂਦੇ ਹੋ, ਤੁਸੀਂ ਫਾਈਨਲ ਪੇਪਰ ਜਿਹੜਾ ਵਾ ਬਹੁਤ ਵਧੀਆ ਤਰੀਕੇ ਨਾਲ ਕਰੋਗੇ। ਔਰ ਜਿਹੜਾ ਸਾਡਾ ਅੱਜ ਮਿਸ਼ਨ ਵਾ ਛੱਤ ਪ੍ਰਤੀ ਛੱਤ, ਉਹਨੂੰ ਅਸੀਂ ਗੇਨ ਕਰਨਾ ਆ। ਵੱਧ ਤੋਂ ਵੱਧ ਨੰਬਰ ਲੈ ਰਹੇ ਨੇ ਸਾਰਿਆਂ ਬੱਚਿਆਂ ਪਾਸ ਹੋਣਾ, ਉਹ ਜਿਹੜੇ ਤੁਹਾਡੇ ਭੈਣ ਭਰਾ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਗੌਰਮੈਂਟ ਸਕੂਲਾਂ 'ਚ ਲੈ ਕੇ ਆਉਣਾ ਵਾ। ਆਪਣੇ ਆਂਢੀਆਂ ਗੁਆਂਢੀਆਂ ਨੂੰ, ਤੁਹਾਡੇ ਚਾਚੇ ਤਾਏ ਦੇ ਪੁੱਤ, ਤੁਹਾਡੇ ਭੈਣ ਭਰਾ, ਗੌਰਮੈਂਟ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹੈ। ਬਹੁਤ ਸਹੂਲਤਾਂ ਤੁਹਾਨੂੰ ਹਰ ਕਿਸਮ ਦੀ ਸਹੂਲਤ ਇਹ ਮਿਲਦੀ ਆ। ਔਰ ਆਪਾਂ ਵੱਧ ਤੋਂ ਵੱਧ ਜਿਹੜੀ ਗਿਣਤੀ ਆ ਇਸ ਸਾਲ ਜਿਹੜੀ ਆ ਉਹ ਆਪਣੇ ਸਕੂਲ ਦੀ ਵਧਾਵਾਂਗੇ। ਸਾਡੇ ਕੋਲ ਵਧੀਆ ਫਰਨੀਚਰ ਆ, ਪਾਣੀ ਪੀਣ ਲਈ ਵਧੀਆ ਅਰੇਂਜਮੈਂਟ ਆ, ਬੈਠਣ ਲਈ ਵਧੀਆ ਅਰੇਂਜਮੈਂਟ ਆ, ਖਾਣਾ ਖਾਣ ਨੂੰ ਮਿਲਦਾ ਵਾ, ਫੀਸ ਕੋਈ ਨਹੀਂ ਦਿੱਤੀ ਜਾਂਦੀ ਇੱਥੇ, ਯੂਨੀਫੋਰਮ ਮਿਲਦੀਆਂ ਵਾ, ਬੁੱਕਸ ਮਿਲਦੀਆਂ ਵਾ, ਔਰ ਇੰਨੀਆਂ ਸਹੂਲਤਾਂ ਵਾ, ਇੰਨੇ ਸਾਡੇ ਕੋਲ ਕੰਪੋਨੈਂਟ ਵਾ। ਐਗਜ਼ਾਮੀਨੇਸ਼ਨ ਵੇਖੋ ਕਿੰਨੇ ਵਧੀਆ ਹੋ ਰਹੇ ਨੇ, ਕੰਪੀਟੀਸ਼ਨ ਦੇ NNMS ਵਾ, NTSC ਆ, ਬਹੁਤ ਸਾਰਾ ਕੁਝ ਵਾ ਇੱਥੇ, ਗੁਲਦਸਤਾ ਵੇਖ ਕੇ ਸਹੂਲਤਾਂ ਦਾ ਇਹ ਸਕੂਲ। ਅਤੇ ਆਪਣੇ ਬੱਚਿਆਂ ਨੂੰ ਉੱਥੇ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਆਂਢੀਆਂ ਗੁਆਂਢ ਨੂੰ ਇੱਥੇ ਲੈ ਕੇ ਆਉਣਾ ਆਪਾਂ। ਹਰ ਬੱਚਾ ਈਚ ਵਨ ਬ੍ਰਿੰਗ ਵਨ, ਕੀ ਨਾਰਾ ਵਾ, ਈਚ ਵਨ ਬ੍ਰਿੰਗ ਵਨ, ਹਰੇਕ ਬੱਚਾ ਇੱਕ ਜਣੇ ਨੂੰ ਲੈ ਕੇ ਆਵੇ ਸਕੂਲ ਦੇ ਵਿੱਚ। ਫਿਰ ਬੋਲੋ, ਈਚ ਵਨ ਬ੍ਰਿੰਗ ਵਨ, ਹਰੇਕ ਬੱਚਾ ਇੱਕ ਹੋਰ ਬੱਚੇ ਨੂੰ ਲੈ ਕੇ ਆਵੇ। ਪਤਾ ਲੱਗ ਗਿਆ, ਅਸੀਂ ਆਪਣੀ ਗਿਣਤੀ ਜਿਹੜੀ ਆ ਉਹ ਵਧਾਵਾਂਗੇ ਯਾਰ, ਠੀਕ ਹੈ। ਗੁੱਡ ਮਾਰਨਿੰਗ ਸਟੂਡੈਂਟਸ। ਗੁੱਡ ਮਾਰਨਿੰਗ ਸਰ। ਬੇਟਾ, ਆਪਾਂ ਰੋਜ਼ ਇੱਕ ਨਵੀਂ ਚੀਜ਼ ਜਿਹੜੀ ਹੈ, ਜਿਹੜੀ ਕਿ ਰਿਲੇਟਿਡ ਹੈ ਸਾਡੇ ਕਰੰਟ ਅਫੇਅਰ ਦੇ ਨਾਲ ਜਾਂ ਰਿਲੇਟਿਡ ਹੈ ਸਾਡੀ ਜਨਰਲ ਨੌਲੇਜ ਦੇ ਨਾਲ, ਉਹਦੇ ਬਾਰੇ ਪੜ੍ਹਦੇ ਹਾਂ। ਲਾਸਟ ਟਾਈਮ ਆਪਾਂ ਗੱਲ ਕੀਤੀ ਕਿ ਹਾਰਡੈਸਟ ਐਲੀਮੈਂਟ ਜਿਹੜਾ ਵਾ ਅਰਥ ਦੇ ਉੱਪਰ ਉਹ ਕਿਹੜਾ ਹੈਗਾ, ਠੀਕ ਹੈ। ਕੀ ਆਂਸਰ ਆਇਆ ਸੀ ਉਸਦਾ? ਟੰਗਸਟਨ। ਕੀ ਨਾਮ ਸੀ ਉਸਦਾ? ਟੰਗਸਟਨ। ਬਹੁਤ ਸਾਰੇ ਐਲੀਮੈਂਟਸ ਨੇ ਤੁਹਾਡੇ ਪੀਰੀਓਡਿਕ ਟੇਬਲ ਦੇ ਵਿੱਚ ਸਾਇੰਸ ਦੇ, ਹਾਈਡਰੋਜਨ, ਹੀਲੀਅਮ, ਲੀਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨਿਓਨ, ਇਸ ਤਰ੍ਹਾਂ ਹੈਗੇ ਆ ਨਾ 10 ਐਲੀਮੈਂਟ। ਹੁਣ ਅੱਜ ਆਪਾਂ ਗੱਲ ਕਰਨੀ ਕਿ ਸਭ ਤੋਂ ਮਹਿੰਗਾ ਐਲੀਮੈਂਟ ਕਿਹੜਾ ਅਤੇ ਸਭ ਤੋਂ ਖਤਰਨਾਕ ਐਲੀਮੈਂਟ ਕਿਹੜਾ, ਵਿਚ ਇਜ਼ ਦੀ ਮੋਸਟ ਐਕਸਪੈਂਸਿਵ ਐਲੀਮੈਂਟ ਐਂਡ ਵਿਚ ਇਜ਼ ਦੀ ਮੋਸਟ ਡੇਂਜਰਸ ਐਲੀਮੈਂਟ। ਸਭ ਤੋਂ ਜ਼ਿਆਦਾ ਮਹਿੰਗਾ ਐਲੀਮੈਂਟ ਜਿਹੜਾ ਉਹ ਹੈਗਾ ਵਾ ਫ੍ਰੈਂਸ਼ੀਅਮ। ਕੀ ਨਾਮ ਹੈ ਉਸਦਾ? ਫ੍ਰੈਂਸ਼ੀਅਮ। ਉਸਦੀ ਜਿਹੜੀ ਲਾਈਫ ਟਾਈਮ ਹੈ ਨਾ ਬਹੁਤ ਥੋੜ੍ਹੀ ਆ, ਬਹੁਤ ਜ਼ਿਆਦਾ ਥੋੜ੍ਹੀ ਆ, ਮਿੰਟਾਂ ਦੇ ਵਿੱਚ ਹੀ ਬਣ ਕੇ ਵੀ ਡਿਸਟਰੋਏ ਹੋ ਜਾਂਦਾ, ਇਸ ਕਰਕੇ ਉਹਦੀ ਕੀਮਤ ਜਿਹੜੀ ਆ ਬਹੁਤ ਜ਼ਿਆਦਾ ਹੈ, ਲਗਭਗ $1 billion ਇੱਕ ਗ੍ਰਾਮ ਦੀ ਕੀਮਤ ਹੈ ਉਸਦੀ। ਉਸ ਤੋਂ ਬਾਅਦ ਗੱਲ ਕਰੀਏ ਸਭ ਤੋਂ ਜ਼ਿਆਦਾ ਡੇਂਜਰਸ ਐਲੀਮੈਂਟ ਕਿਹੜਾ, ਉਹ ਹੈਗਾ ਪਲੂਟੋਨੀਅਮ। ਕਿਹੜਾ ਵਾ? ਪਲੂਟੋਨੀਅਮ। ਉਹਦਾ ਐਟੋਮਿਕ ਨੰਬਰ ਹੈ 238, ਠੀਕ ਹੈ। ਇਹ ਐਲੀਮੈਂਟ ਜਿਹੜਾ ਵਾ ਇਹ ਕਾਰਨ ਬਣਿਆ ਸੀ ਜਪਾਨ ਦੇ ਵਿੱਚ ਜਿਹੜਾ ਡਿਜ਼ਾਸਟਰ ਹੋਇਆ ਸੀ ਐਟੋਮਿਕ ਬੰਬ ਦੇ ਥਰੂ।
ਹੀਰੋਸ਼ੀਮਾ ਤੇ ਨਾਗਾਸਾਕੀ ਵਿੱਚ ਹੋਇਆ ਸੀ ਨਾ ਬਲਾਸਟ, ਉੱਥੇ ਜਿਹੜਾ ਇਹਨਾਂ ਨੇ ਡਿਸਟਰੋਏ ਕੀਤਾ ਸੀ ਇਸ ਐਲੀਮੈਂਟ ਦੀ ਹੈਲਪ ਦੇ ਨਾਲ, ਇੱਕ ਬੰਬ ਤਿਆਰ ਕਰਕੇ ਕੀਤਾ ਸੀ। ਯੂਰੇਨੀਅਮ, ਪਲੂਟੋਨੀਅਮ, ਰੇਡੀਅਮ ਇਹ ਬੜੇ ਖਤਰਨਾਕ ਐਲੀਮੈਂਟਸ ਨੇ ਜਿਹੜੇ ਕਿ ਹਿਊਮਨ ਵਾਸਤੇ ਬਹੁਤ ਹੀ ਜ਼ਿਆਦਾ ਡੇਂਜਰਸ ਨੇ। ਹਿਊਮਨ ਲਾਈਫ ਹੋ ਜਾਏ, ਐਨੀਮਲ ਲਾਈਫ ਹੋ ਜਾਏ, ਪਲਾਂਟਸ ਹੋ ਜਾਣ, ਸਭ ਦੇ ਲਈ। ਅਤੇ ਤੁਹਾਨੂੰ ਪਤਾ ਲੱਗ ਗਏ ਦੋ ਵਾਲੇ ਵਰਡ ਜਿਹੜੇ ਨਵੇਂ ਆਪਾਂ ਕੀਤੇ ਆ, ਫ੍ਰੈਂਸ਼ੀਅਮ ਐਂਡ ਪਲੂਟੋਨੀਅਮ। ਕਿਹੜੇ ਕਿਹੜੇ ਨੇ? ਫ੍ਰੈਂਸ਼ੀਅਮ ਇਜ਼ ਦੀ ਮੋਸਟ ਐਕਸਪੈਂਸਿਵ ਐਲੀਮੈਂਟ ਐਂਡ ਪਲੂਟੋਨੀਅਮ ਇਜ਼ ਦੀ ਮੋਸਟ ਡੇਂਜਰਸ ਐਲੀਮੈਂਟ। ਥੈਂਕ ਯੂ।
ਸੋ ਤੁਸੀਂ ਵੇਖਿਆ ਆ ਕਿ ਮੈਂ ਸਰਕਾਰੀ ਸਕੂਲ ਜਿੱਥੇ ਕਿ ਅਚਨਚੇਤ ਆਇਆ ਹਾਂ ਔਰ ਸਰਕਾਰੀ ਸਕੂਲ ਦਾ ਮੈਂ ਤੁਹਾਨੂੰ ਮਿਆਰ ਵਿਖਾਇਆ ਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਰਕਾਰੀ ਸਕੂਲਾਂ ਦੀ ਗੱਲ ਦੱਸਦਾ ਕਿ ਪਿੰਡਾਂ ਦੇ ਵਿੱਚ ਜਿਹੜਾ ਉਹ ਸਰਕਾਰੀ ਸਕੂਲਾਂ ਨੂੰ ਸਭ ਤੋਂ ਪਹਿਲਾਂ ਇੰਨਾ ਗਿਣਤੀ ਮਿੰਟ 'ਚ ਨਹੀਂ ਲਿਆਂਦਾ ਜਾਂਦਾ ਸੀ। ਸਰਕਾਰੀ ਸਕੂਲਾਂ ਨੂੰ ਲੋਕ ਕੋਈ ਵੱਖਰੇ ਵੱਖਰੇ ਨਾਂ ਪਾਉਂਦੇ ਸੀ, ਖੋਤੀ ਹਾਤਾ ਪਾਉਂਦਾ ਸੀ, ਕੋਈ ਕਹਿੰਦਾ ਬੋਰੀਆਂ ਵਾਲਾ ਸਕੂਲ ਕਹਿੰਦਾ ਸੀ, ਇਹ ਸਾਡੇ ਸਮਾਜ ਦੇ ਹੀ ਇਹ ਨਾਂ ਦਿੱਤੇ ਹੋਏ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਸਕੂਲ ਦੇ ਵਿੱਚ ਮੈਂ ਅਚਨਚੇਤ ਆਇਆ ਔਰ ਅਚਨਚੇਤ ਮੈਂ ਇੱਕ ਛਾਪੇ ਮਾਰ ਵਾਂਗੂ ਹੀ ਉਹਨਾਂ ਦਾ ਮੈਂ ਸਾਰਾ ਤੁਹਾਨੂੰ ਡੈਮੋ ਦਿੱਤਾ ਹੈ ਕਿ ਉਹ ਕੀ ਕਰਾ ਰਹੇ ਸੀ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਇਹਨਾਂ ਸਕੂਲਾਂ ਦੀ ਕਿ ਇਹਨਾਂ ਸਕੂਲਾਂ ਦੇ ਜਿਹੜੇ ਟੀਚਰ ਲੱਗੇ ਹੁੰਦੇ, ਜਿਹਨਾਂ ਨੂੰ ਅਧਿਆਪਕ ਬੋਲਦੇ ਆ, ਉਹ ਸਾਰੇ ਉਹਨਾਂ ਦੇ ਕੋਲ ਡਿਗਰੀਆਂ ਹੁੰਦੀਆਂ ਨੇ। ਉਹ ਘੱਟ ਤੋਂ ਘੱਟ ਵੀ ਪੋਸਟ ਗ੍ਰੈਜੂਏਟ ਜਿਹਨੂੰ ਕਿ BA ਕਹਿੰਦੇ ਆ ਜਾਂ ਉਸ ਤੋਂ ਉੱਪਰ MA ਜਿਹਨੂੰ 16 ਕਲਾਸਾਂ ਕਹਿੰਦੇ ਆ, 16 ਕਲਾਸਾਂ ਪੜ੍ਹੇ ਹੁੰਦੇ ਆ ਔਰ ਉਹਨਾਂ ਦਾ ਮਿਆਰ ਹੁੰਦਾ ਹੈ, ਉਸ ਦੇ ਨਾਲ ਇੱਕ ਵੱਖਰਾ ਕੋਰਸ ਹੁੰਦਾ ਆ, BEd ਬੋਲਦੇ ਆ, ਉਹਨਾਂ ਨੇ ਉਹ ਵੀ ਕੀਤੀ ਹੁੰਦੀ ਆ। ਇਹ ਸਰਕਾਰੀ ਸਕੂਲਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਔਰ ਤੁਸੀਂ ਅੱਜ ਤੋਂ ਬਾਅਦ ਪਿਛਲਾ ਰਿਕਾਰਡ ਵੇਖੋ ਸਾਰਾ, ਅੱਜ ਤੋਂ 10 20 ਸਾਲ 50 ਸਾਲ ਮਗਰ ਜਾਓ, ਆਪਣੇ ਦੇਸ਼ ਦੇ ਵਿੱਚ ਜਿੰਨੇ ਕੋਈ SSP, ਕੋਈ ਡਾਕਟਰ, ਕੋਈ MBBS ਡਾਕਟਰ ਜਾਂ ਕੋਈ SSP ਬਣਦਾ ਸੀ ਤਾਂ ਉਹ ਇਹਨਾਂ ਸਕੂਲਾਂ ਦਾ ਹੀ ਪੜ੍ਹਿਆ ਬਣਦਾ ਸੀ। ਸਮੇਂ ਨੇ ਆਪਣਾ ਰੰਗ ਬਦਲਿਆ ਆ, ਲੋਕਾਂ ਨੂੰ ਕਰੇਜ਼ ਹੋ ਗਿਆ ਕਿ ਸ਼ਾਇਦ ਮਾਧਿਅਮ ਜਿਹਨੂੰ ਕਹਿੰਦੇ ਆ ਇੰਗਲਿਸ਼ ਮਾਧਿਅਮ ਕੀ ਆ, ਇੰਗਲਿਸ਼ ਪੰਜਾਬੀ ਹਿੰਦੀ ਇਹ ਸਾਡਾ ਇੱਕ ਮਾਧਿਅਮ ਆ, ਇਹ ਸਾਡੀ ਬੋਲੀ ਸਾਡਾ ਮਾਧਿਅਮ ਆ, ਨਾ ਕਿ ਸਾਡੀ ਤਰੱਕੀ। ਅਸੀਂ ਅੰਗਰੇਜ਼ੀ ਸਕੂਲਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਉੱਥੇ ਅੰਗਰੇਜ਼ੀ ਪੜ੍ਹਾਉਂਦੇ ਆ, ਸਿਰਫ ਅੰਗਰੇਜ਼ੀ ਬੋਲਣ ਨਾ ਪੜ੍ਹਨ ਦੇ ਨਾਲ ਹੀ ਬੱਚੇ ਦਾ ਵਿਕਾਸ ਨਹੀਂ ਹੁੰਦਾ। ਬੱਚੇ ਦਾ ਵਿਕਾਸ ਇਹ ਉੱਥੋਂ ਦੇ ਸਕੂਲਾਂ ਦੇ ਜੋ ਟੀਚਰ ਨੇ ਉਹਨਾਂ 'ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੇ ਕੋਲ ਕੀ ਆ। ਜਿੰਨਾ ਇਹ ਸਰਕਾਰੀ ਸਕੂਲਾਂ 'ਤੇ ਵੇਖਿਆ ਕਿ ਇੱਥੇ ਟੋਟਲ ਹੀ ਟੀਚਰ ਜੋ ਮੱਚ ਮੋਰ ਐਜੂਕੇਟਡ, ਬਹੁਤ ਜ਼ਿਆਦਾ ਪੜ੍ਹੇ ਲਿਖੇ ਔਰ ਮਿਆਰੀ ਟੀਚਰ ਹੁੰਦੇ ਆ, ਉਹਨਾਂ ਦਾ ਪ੍ਰਦਰਸ਼ਨ ਵੀ ਤੁਹਾਨੂੰ ਮੈਂ ਹੁਣੇ ਵਿਖਾਇਆ ਆ। ਸੋ ਸਾਰੇ ਪੰਜਾਬ ਨੂੰ ਸੋਚਣਾ ਪਊਗਾ, ਜੋ ਅੱਜ ਤੋਂ ਕੁਝ ਦਿਨ ਪਹਿਲਾਂ ਵੇਖਿਆ ਕਿ ਇੱਕ ਸਕੂਲ ਦੇ ਵਿੱਚ ਇੱਕ ਕੁੜੀ ਨੇ ਜੋ ਗਾ ਕੇ ਅਤੇ ਲੋਕਾਂ ਨੂੰ ਉਸ 'ਚ ਸਾਰਾ ਇੱਕ ਸਸਪੈਂਸ ਪਾਈ ਸੀ, ਉਹ ਬਿਲਕੁਲ ਗਲਤ ਆ। ਪਰ ਸਕੂਲ ਜੋ ਅਸਲ ਸਕੂਲ ਸਰਕਾਰੀ ਹੁੰਦੇ ਨੇ ਉਹਨਾਂ ਵਿੱਚ ਕੀ ਚੱਲਦਾ ਹੈ ਉਹ ਤੁਹਾਨੂੰ ਮੈਂ ਅੱਜ ਵਿਖਾਇਆ ਆ। ਕੈਮਰਾਮੈਨ ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ ਏ ਕੌਮ TV।